ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ। ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਕਾਟਨ ਦੁਪੱਟੇ ਨਾਲ ਸੂਟ। ਬਹੁਤ ਸੋਹਣੀ ਕਲੈਕਸ਼ਨ ਆਈ ਆ, ਬਹੁਤ ਸੋਹਣੇ ਸੂਟ ਨੇ, ਨਿਊ ਤੇ ਲੇਟੈਸਟ ਸਾਰੀ ਡਿਜ਼ਾਈਨਿੰਗ ਆਈ ਆ। ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ, ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ, ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਤੇ ਡਿਜ਼ਾਈਨ ਬਹੁਤ ਸੋਹਣੇ ਆ, 2.5 ਮੀਟਰ ਦੀ ਇਹਨਾਂ ਦੀ ਕੱਟ ਰਹੂਗੀ, 2.5 ਮੀਟਰ ਬੋਟਮ ਰਹੂਗੀ, 2.5 ਮੀਟਰ ਸ਼ਰਟ ਰਹੂਗੀ, ਤੇ ਵਧੀਆ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਇਹਨਾਂ ਦਾ ਕਾਟਨ ਮਲਮਲ ਦਾ ਰਹੂਗਾ ਜੀ ਦੁਪੱਟਾ। ਇਹਨਾਂ ਵਿੱਚੋਂ ਜਿਹੜਾ ਵੀ ਡਿਜ਼ਾਈਨ, ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ, ਸਕਰੀਨਸ਼ਾਟ ਮੇਰਾ ਵਟਸਐਪ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ, ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਤੇ ਕਈ ਭੈਣਾਂ ਜਿਹੜੀਆਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਤੇ ਹਜੇ ਤੱਕ ਚੈਨਲ ਨੂੰ ਨਹੀਂ ਕੀਤਾ ਜੀ ਸਬਸਕ੍ਰਾਈਬ, ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ। ਬਾਕੀ ਕਈ ਭੈਣਾਂ ਦੇ ਮੈਸੇਜ ਆਉਂਦੇ ਆ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ। ਮੈਂ ਵੈਸੇ ਕੋਸ਼ਿਸ਼ ਹੁੰਦੀ ਆ, ਕਈ ਵੀਡੀਓ ਵਿੱਚ ਦੱਸਦੀ ਵੀ ਆ ਵੀ ਮੈਂ ਕਿੱਥੋਂ ਬਿਲੋਂਗ ਕਰਦੀ ਹਾਂ। ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਹਾਂ ਜੀ, ਪਖਵਾ ਰੋਡ ਤੇ ਪਿੰਡਾ ਭੈਣੀ ਰੋੜਾ, ਮੈਂ ਉੱਥੋਂ ਬਿਲੋਂਗ ਕਰਦੀ ਹਾਂ। ਤੇ ਜਿਹੜੀ ਤੁਸੀਂ ਇਹ ਮੇਰੀ ਸ਼ਾਪ ਦੇਖ ਰਹੇ ਹੋ, ਇਹ ਕੋਈ ਮਾਰਕੀਟ ਜਾਂ ਬਾਜ਼ਾਰ ਦੇ ਵਿੱਚ ਨਹੀਂ ਹੈਗੀ, ਮੈਂ ਘਰ ਤੋਂ ਹੀ ਕੰਮ ਕਰਦੀ ਹਾਂ ਤੇ ਘਰ ਦੇ ਵਿੱਚ ਹੀ ਇਹ ਮੇਰੀ ਸ਼ਾਪ ਆ ਜੀ। ਤੇ ਤੁਸੀਂ ਮੇਰੀ ਸ਼ਾਪ ਤੇ ਆਉਣਾ ਚਾਹੁੰਦੇ ਹੋ, ਮੋਸਟ ਵੈਲਕਮ ਆ। ਜਦੋਂ ਵੀ ਤੁਸੀਂ ਆਉਣਾ, ਬਸ ਇੱਕ ਕਾਲ ਜ਼ਰੂਰ ਕਰ ਲਿਓ, ਕਾਲ ਕਰਕੇ ਤੁਸੀਂ ਐਨੀ ਟਾਈਮ ਮੇਰੇ ਕੋਲ ਆ ਸਕਦੇ ਹੋ ਤੇ ਆ ਕੇ ਤੁਸੀਂ ਆਪਣਾ ਜੋ ਵੀ ਜਿਸ ਤਰ੍ਹਾਂ ਦੇ ਵੀ ਫੈਬਰਿਕ ਤੁਸੀਂ ਲਾਈਕ ਕਰਦੇ ਹੋ ਤੁਸੀਂ ਲੈ ਸਕਦੇ ਹੋ। ਤੇ ਪਰ ਮੈਂ ਹਮੇਸ਼ਾ ਕਹਿੰਦੀ ਹਾਂ ਕਿਸੇ ਵੀਡੀਓ ਨੂੰ, ਕਈ ਵਾਰੀ ਕਈ ਭੈਣਾਂ ਉਹੀ ਸਕਰੀਨਸ਼ਾਟ ਲੈ ਕੇ ਆਉਂਦੀਆਂ ਜਿਹੜੇ ਸੂਟ ਉਹਨਾਂ ਨੂੰ ਪਸੰਦ ਹੁੰਦੇ ਆ ਵੀਡੀਓ ਦੇ ਵਿੱਚ। ਜਿਵੇਂ ਮੈਂ ਅੱਜ ਵੀਡੀਓ ਪਾਤੀ, ਤੁਸੀਂ ਮੇਰੇ ਕੋਲ ਇੱਕ ਹਫ਼ਤੇ ਬਾਅਦ ਵਿਜ਼ਿਟ ਕਰਦੇ ਹੋ ਤਾਂ ਤੁਸੀਂ ਕਹੋਗੇ ਕਿ ਆਹ ਵਾਲੇ ਤੁਸੀਂ ਸੂਟ ਪਾਏ ਸੀ, ਤਾਂ ਉਹ ਵਾਲਾ ਸਟਾਕ ਆਪਣੇ ਕੋਲ ਤਕਰੀਬਨ ਵਾਹਿਗੁਰੂ ਦੀ ਕਿਰਪਾ ਨਾਲ ਨਹੀਂ ਹੁੰਦਾ ਜੀ, ਤੇ ਨਾਲ ਦੀ ਨਾਲ ਆਪਣਾ ਸੋਲਡ ਆਊਟ ਹੋ ਜਾਂਦਾ ਵਾ। ਤੇ ਜੇ ਕੋਈ ਸੂਟ ਆਪਣੇ ਕੋਲ ਅਵੇਲੇਬਲ ਹੋਊ ਫਿਰ ਤਾਂ ਤੁਹਾਨੂੰ ਮਿਲੂਗਾ ਹੀ, ਪਰ ਮੈਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਹਾਂ ਕਿ ਉਹੀ ਸੂਟਾਂ ਲਈ ਨਾ ਆਓ। ਹਾਂਜੀ, ਹੋਰ ਕਲੈਕਸ਼ਨ ਤੁਹਾਨੂੰ ਅਸੀਂ ਦਿਖਾਵਾਂਗੇ ਜੋ ਸਾਡੇ ਕੋਲ ਨਿਊ ਲੇਟੈਸਟ ਆਪਣੇ ਕੋਲ ਆਈ ਹੋਊਗੀ, ਉਹ ਕਲੈਕਸ਼ਨ ਤੁਸੀਂ ਆਪਣੀ ਲੈ ਸਕਦੇ ਹੋ। ਤੇ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਆ। ਤੇ ਕਈ ਭੈਣਾਂ ਪੁੱਛਦੀਆਂ ਨੇ ਪੇਮੈਂਟ ਕਿਵੇਂ ਕਰੀਏ, ਜਦੋਂ ਤੁਸੀਂ ਮੈਨੂੰ ਸਕਰੀਨਸ਼ਾਟ ਪਾਉਂਦੇ ਹੋ ਤਾਂ ਤੁਹਾਨੂੰ ਨਾਲ ਦੀ ਨਾਲ ਹੀ ਆਪਣਾ ਪੇਮੈਂਟ ਦਾ ਮੈਥਡ ਆ ਜਿਹੜਾ ਨੰਬਰ ਵੀ ਸੈਂਡ ਹੋ ਜਾਂਦਾ, ਸਕੈਨਰ ਵੀ ਸੈਂਡ ਹੋ ਜਾਂਦਾ, ਤੇ ਜਿਹੜੀਆਂ ਭੈਣਾਂ ਨੂੰ ਬੈਂਕ ਅਕਾਊਂਟ ਵਗੈਰਾ ਦੀ ਲੋੜ ਹੁੰਦੀ ਆ ਉਹਨਾਂ ਨੂੰ ਉਹ ਵੀ ਸੈਂਡ ਹੋ ਜਾਂਦਾ। ਜਿਵੇਂ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਪੇ ਕਰ ਸਕਦੇ ਹੋ, ਪਰ ਤੁਹਾਨੂੰ ਪਹਿਲਾਂ ਪੇਮੈਂਟ ਕਰਨੀ ਪਊਗੀ, ਉਸ ਤੋਂ ਬਾਅਦ ਹੀ ਤੁਹਾਡੇ ਸੂਟ ਦੀ ਬੁਕਿੰਗ ਮੰਨੀ ਜਾਊਗੀ ਤੇ ਉਸ ਤੋਂ ਬਾਅਦ ਹੀ ਤੁਹਾਡਾ ਕੋਰੀਅਰ ਡਿਸਪੈਚ ਹੋਊਗਾ। ਫਿਰ ਇਹ ਭੈਣਾਂ ਦਾ ਇਹ ਕੁਐਸਚਨ ਹੁੰਦਾ ਕਿ ਅਸੀਂ ਆਹ ਏਰੀਆ 'ਚੋਂ ਬੋਲਦੇ ਹਾਂ, ਤੁਸੀਂ ਇੱਥੇ ਸਾਡਾ ਕੋਰੀਅਰ ਡਿਸਪੈਚ ਕਰੋਗੇ, ਸਾਡਾ ਕੋਰੀਅਰ ਘਰ ਤੱਕ ਪਹੁੰਚੂਗਾ। ਹਾਂਜੀ, ਤੁਸੀਂ ਜਿੱਥੇ ਮਰਜ਼ੀ ਬੈਠੇ ਹੋ ਤੁਹਾਡੇ ਘਰ ਤੱਕ ਕੋਰੀਅਰ ਪਹੁੰਚੂਗਾ, ਚਾਹੇ ਤੁਸੀਂ ਇੰਡੀਆ ਤੋਂ, ਚਾਹੇ ਤੁਸੀਂ ਇੰਡੀਆ ਤੋਂ ਬਾਹਰ ਹੋ, ਜਿੱਥੋਂ ਵੀ ਹੈਗੇ ਹੋ ਬਿਲੋਂਗ ਕਰਦੇ ਹੋ, ਤਾਂ ਹਰ ਜਗ੍ਹਾ ਆਪਣੇ ਕੋਰੀਅਰ ਜਾਂਦੇ ਨੇ ਤੇ ਹਰ ਜਗ੍ਹਾ ਆਪਾਂ ਮਤਲਬ ਕਿ ਕੋਰੀਅਰ ਕਰਵਾ ਰਹੇ ਹਾਂ। ਜਿੱਥੇ ਮਰਜ਼ੀ ਚਾਹੇ ਤੁਸੀਂ ਕਿਸੇ ਪਿੰਡ 'ਚ ਬੈਠੇ ਹੋ, ਪਿੰਡ 'ਚ ਵੀ ਤੁਹਾਡੇ ਘਰ ਤੱਕ ਪੋਸਟਮੈਨ ਆਪਣਾ ਡਾਕ ਰਾਹੀਂ ਸਾਰੇ ਕੋਰੀਅਰ ਜਾਂਦੇ ਆ ਤੇ ਡਾਕ ਰਾਹੀਂ ਤੁਹਾਡੇ ਤੱਕ ਪਹੁੰਚੂਗਾ, ਇਸ ਲਈ ਬੇਫਿਕਰ ਹੋ ਕੇ ਤੁਸੀਂ ਆਪਣੇ ਆਰਡਰ ਦੇ ਸਕਦੇ ਹੋ। ਲਓ ਜੀ, ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਅੱਜ ਦੇ ਸੂਟ। ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਸੋਹਣਾ ਕਾਟਨ ਮਲਮਲ ਦਾ, ਸਾਰਾ ਫੈਬਰਿਕ ਜਿਹੜਾ ਰਹੂਗਾ ਪੂਰਾ ਸੌਫਟ, ਜਿੰਨੀ ਗਰਮੀ ਪੈ ਰਹੀ ਹੈ ਨਾ ਉਸ ਦੇ ਹਿਸਾਬ ਦੇ ਨਾਲ ਬਹੁਤ ਹੀ ਸੌਫਟ ਫੈਬਰਿਕ ਲੈ ਕੇ ਆਈ ਹਾਂ ਤੇ ਸਾਰੇ ਨਿਊ ਡਿਜ਼ਾਈਨ ਆਏ ਨੇ। ਦੇਖੋ ਫਸਟ ਹੀ ਕਲਰ, ਕਿਉਂਕਿ ਵਾਈਟ ਕਲਰ ਦੀ ਮੇਰੇ ਕੋਲ ਇੰਨੀ ਜ਼ਿਆਦਾ ਡਿਮਾਂਡ ਆ ਨਾ,
ਜਾਣੀ ਕਿ ਭੈਣਾਂ ਵਾਈਟ ਕਲਰ ਜੀ ਕੋਈ ਸਕਿਨੀ ਜਿਹਾ ਕਲਰ ਹੋਵੇ, ਵਾਈਟ ਕਲਰ ਹੋਵੇ, ਸਭ ਤੋਂ ਪਹਿਲਾਂ ਸੇਲ ਹੁੰਦਾ ਜੀ। ਇਸ ਲਈ ਵਾਈਟ ਕਲਰ ਦੇ ਵਿੱਚ ਅੱਜ ਆਪਣੇ ਕੋਲ ਕਾਫੀ ਕਲਰ ਚਾਰਟ ਹੈਗੇ ਨੇ ਵਾਈਟ ਦੇ ਨਾਲ ਜਿਹੜੇ ਕੰਟਰਾਸਟ ਕਰਦੇ ਨੇ। ਆ ਲਓ, ਇਹ ਹੈਗਾ ਆਪਣੇ ਗਲੇ ਦੇ ਉੱਪਰ ਸਾਰਾ, ਇਹ ਪ੍ਰਿੰਟਿੰਗ ਹੋ ਗਿਆ ਉੱਪਰ ਸਾਰਾ। ਆ ਲਓ, ਸੀਕੁਐਂਸ ਦਾ ਕੰਮ ਹੋਇਆ, ਬਹੁਤ ਸੋਹਣਾ ਸਾਰਾ ਕੰਮ ਹੋਇਆ ਹੋਇਆ ਗਲੇ ਦੇ ਉੱਪਰ। ਫਿਰ ਨਿੱਕੀ ਨਿੱਕੀ ਬੂਟੀ ਦਾ ਸਾਰਾ ਕੰਮ ਆ, ਨੀਚੇ ਜਾ ਕੇ ਫਿਰ ਪੱਲੇ ਦੇ ਉੱਪਰ ਸਾਰਾ ਕੰਮ ਆ, ਬਹੁਤ ਸੋਹਣਾ। ਦੇਖੋ ਸ਼ਰਟ ਦੀ ਲੁੱਕ ਕਿੰਨੀ ਸੋਹਣੀ ਆ, ਪ੍ਰਿੰਟਿੰਗ ਕਿੰਨੀ ਸੋਹਣੀ ਆ, ਤੇ ਬਹੁਤ ਸੋਹਣਾ ਲੱਗ ਰਿਹਾ ਇਹ। ਵਾਈਟ ਸਕਿਨੀ ਜਿਹਾ ਇਹ ਸੂਟ ਆ, ਬਹੁਤ ਸੋਹਣੀ ਕਲੈਕਸ਼ਨ ਆ। ਨਾਲ ਇਹਦੇ ਪਲੇਨ ਬੋਟਮ ਆਊਗੀ, ਬੋਟਮ ਇਹਦੇ ਪਲੇਨ ਰਹੂਗੀ, ਬਹੁਤ ਸੋਹਣੀ, ਬਿਲਕੁਲ ਸਕਿਨ ਫਰੈਂਡਲੀ ਕੱਪੜਾ। ਜਿਹੜੀਆਂ ਭੈਣਾਂ ਕਹਿੰਦੀਆਂ ਸਾਡੇ 1% ਵੀ ਜੀ ਮਤਲਬ ਕਿ ਹੋਰ ਸਿੰਥੈਟਿਕ ਨਹੀਂ ਪੈਂਦਾ, ਚਾਹੇ ਉਹ ਪਿਓਰ ਕਾਟਨ ਹੈ, ਸਾਡੇ ਤਾਂ ਬਿਲਕੁਲ ਹੀ ਰੂਮ ਵਰਗਾ ਸੌਫਟ ਜਾਂ ਜਿਹੜੀ ਕਾਟਨ ਹੁੰਦੀ ਆ ਉਹੀ ਪੈਂਦੀ ਹੈ, ਤੇ ਇਹ ਉਹ ਵਾਲਾ ਸਟਾਫ ਆ, 1% ਵੀ ਸਿੰਥੈਟਿਕ ਬੇਸ ਨਹੀਂ ਹੈਗਾ। ਬਸ ਤੁਸੀਂ ਆਪਣਾ ਆਰਡਰ ਦੇਣਾ, ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣਾ ਸਕਰੀਨਸ਼ਾਟ ਦੇ ਕੇ ਵਟਸਐਪ ਕਰ ਦੇਣਾ, ਤੇ ਆਪਣਾ ਸੂਟ ਤੁਸੀਂ ਘਰ ਤੱਕ ਮੰਗਵਾ ਸਕਦੇ ਹੋ। ਨਾਲ ਇਹਦੇ ਦੁਪੱਟਾ ਹੈਗਾ ਕਾਟਨ ਮਲਮਲ ਦਾ ਹੀ। ਦੇਖੋ ਪੂਰੇ ਖੁੱਲੇ ਡੁੱਲੇ 2.5 ਮੀਟਰ ਦੇ ਦੁਪੱਟੇ ਨੇ, ਲੰਬਾਈ ਚੌੜਾਈ ਬਹੁਤ ਸੋਹਣੀ ਆ ਦੁਪੱਟਿਆਂ ਦੀ। ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਆ, ਬਹੁਤ ਸੋਹਣਾ ਪੀਸ ਆ, ਇਹ ਸਿੰਗਲ ਹੀ ਪੀਸ ਆ, ਇਹ ਸਿੰਗਲ ਪੀਸ ਹੀ ਆਇਆ ਹੋਇਆ ਆਪਣੇ ਕੋਲ, ਜਾਣੀ ਕਿ ਇਹਦੇ ਵਿੱਚ ਕੋਈ ਕਲਰ ਚਾਰਟ ਨਹੀਂ, ਕੋਈ ਨਹੀਂ, ਸੋਲੋ ਪੀਸ ਆ ਇਹ। ਜਿਹੜੀ ਵੀ ਭੈਣ ਨੇ ਆਰਡਰ ਦੇਣਾ ਹੋਏ ਦੇ ਸਕਦੇ ਹੋ। ਲਓ ਜੀ, ਅਗਲਾ ਡਿਜ਼ਾਈਨ ਚੈੱਕ ਕਰੋ, ਸਕਿਨ ਕਲਰ ਦਾ ਸੂਟ ਆ। ਦੇਖੋ ਸਕਿਨ ਕਲਰ ਆ ਉੱਪਰ, ਆ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਗਲੇ ਦੇ ਉੱਪਰ, ਬਹੁਤ ਸੋਹਣਾ, ਯਾਨੀ ਕਿ ਅਲੱਗ ਜਿਹੇ ਡਿਫਰੈਂਟ ਲੁੱਕ ਦੇ ਆਏ ਨੇ ਡਿਜ਼ਾਈਨ, ਬਹੁਤ ਸੋਹਣੇ, ਸਾਰੇ ਲੇਟੈਸਟ ਨੇ, ਹਜੇ ਤੁਸੀਂ ਕਿਤੇ ਵੀ ਨਹੀਂ ਦੇਖੇ ਹੋਣੇ ਇਹ ਵਾਲੇ ਡਿਜ਼ਾਈਨ। ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਪਾਂ ਇਹ ਲੈ ਕੇ ਆਏ ਹਾਂ। ਤੇ ਨੀਚੇ ਸ਼ਰਟ ਦੇ ਸਾਰੀ ਪ੍ਰਿੰਟਿੰਗ ਚੈੱਕ ਕਰੋ, ਬਹੁਤ ਸੋਹਣੀ ਸਕਿਨ, ਲੈਮਨ ਸਕਿਨ ਜਿਹਾ ਕਲਰ ਆ ਇਹਦਾ ਸ਼ਰਟ ਦਾ। ਤੇ ਨੀਚੇ ਪੱਲੇ ਤੇ ਮਿਲੂਗੀ ਸਾਰੇ ਤੁਹਾਡੇ ਕਰੋਸ਼ੀਆ ਲੈਸ, ਲੈਸ ਦਾ ਕੰਮ ਹੋਇਆ ਕਰੋਸ਼ੀਆ ਲੈਸ ਦਾ, ਬਲੈਕ ਕਲਰ ਦੇ ਨਾਲ ਸਾਰਾ ਕੰਟਰਾਸਟ ਆ ਇਹਦਾ, ਜਿਵੇਂ ਪਹਿਲਾਂ ਵਾਲੇ ਦਾ ਪਿੰਕ ਦੇ ਨਾਲ ਕੰਟਰਾਸਟ ਸੀਗਾ। ਹੁਣ ਕਈ ਭੈਣਾਂ ਨੇ ਇਹਨਾਂ ਦੀ ਪੁੱਛਣੀ ਆ ਲੰਬਾਈ, ਵੀ ਇਹ ਸੂਟਾਂ ਦੀ ਲੰਬਾਈ ਕਿੰਨੀ ਰੈਡੀ ਹੋਊਗੀ, ਉਹ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਦੱਸ ਦਿੰਦੀ ਹਾਂ, ਕਿਉਂਕਿ ਕਈ ਵਾਰੀ ਫਿਰ ਜਾਣੂ ਤੁਸੀਂ ਆਪਾਂ ਲੰਬਾਈਆਂ ਦੇ ਚੱਕਰ 'ਚ ਰਹਿ ਜਾਂਦੇ ਤਾਂ ਜਾਣੂ ਸੋਲਡ ਆਊਟ ਹੋ ਜਾਂਦੇ ਆ ਪੀਸ। ਫਿਰ ਭੈਣਾਂ ਕਹਿ ਦਿੰਦੀਆਂ ਨੇ ਕਿ ਤੁਸੀਂ ਜੀ ਮੈਸੇਜ ਕਰਨ ਨੂੰ ਲੇਟ ਕਰਤਾ, ਅਸੀਂ ਤਾਂ ਕੱਦਾ ਬੁੱਕ ਕਰਵਾ ਰਹੇ ਸੀਗੇ ਸੂਟ। ਇਹਦੀ ਵਿਦ ਲੈਸ ਦੇ ਨਾਲ 47 ਆ, ਜਾਣੀ ਕਿ 44-45 ਲੰਬਾਈ ਆਰਾਮ ਦੇ ਨਾਲ ਸੂਟ ਦੀ ਰੈਡੀ ਹੋਊਗੀ, ਬਾਕੀ ਤੁਸੀਂ ਘੱਟ ਜਿੰਨੀ ਮਰਜ਼ੀ ਰੱਖ ਸਕਦੇ ਹੋ, ਯਾਨੀ ਕਿ 44 ਤੱਕ 45 ਤੱਕ ਆਰਾਮ ਦੇ ਨਾਲ ਇਹ ਸੂਟ ਰੈਡੀ ਹੋਊਗਾ। ਸਾਰਿਆਂ ਦੀ ਸੇਮ ਹੀ ਹੁੰਦੀ ਹੈ ਇਹਨਾਂ ਦੀ ਲੰਬਾਈ ਵਗੈਰਾ, ਸੋ ਮੈਂ ਇੱਕ ਪੀਸ ਦੀ ਤੁਹਾਨੂੰ ਦੱਸ ਹੀ ਦਿੱਤੀ ਆ। ਚਾਹੇ ਇਹਨਾਂ ਨਾਲ ਪਲੇਨ ਨੇ, ਚਾਹੇ ਤੁਸੀਂ, ਕਿਉਂਕਿ ਇਹਨਾਂ ਨਾਲ ਜਿਹੜੀਆਂ ਬੋਟਮ ਆਉਂਦੀਆਂ ਢਾਈ ਦੀਆਂ ਆਉਂਦੀਆਂ, ਜਿਵੇਂ ਕਿ ਮੈਂ ਖੁਦ ਹੈਵੀ ਹਾਂ, ਕਈ ਭੈਣਾਂ ਹੈਵੀ ਹੁੰਦੀਆਂ ਜਾਂ ਕਈ
ਕੱਦ ਲੰਬੇ ਹੁੰਦੇ ਆ ਤਾਂ ਉਹਨਾਂ ਲਈ ਉਹਨਾਂ ਨੂੰ ਇਹ ਹੁੰਦਾ ਕਿ ਸਾਡੀ ਬੋਟਮ ਵੱਧ ਹੋਵੇ, ਪਰ ਇਹਨਾਂ ਦੀਆਂ ਜਿਹੜੀਆਂ ਸਟਰੇਟ ਸਲਵਾਰਾਂ ਨੇ ਬਹੁਤ ਵਧੀਆ ਬਣਦੀਆਂ ਨੇ ਤੇ ਗਰਮੀਆਂ ਦੇ ਵਿੱਚ ਜ਼ਿਆਦਾ ਹੈਵੀ ਸਲਵਾਰਾਂ ਤੇ ਹੁਣ ਜ਼ਿਆਦਾ ਸਟਰੇਟ ਸਲਵਾਰਾਂ ਦਾ ਹੀ ਰਿਵਾਜ ਆ, ਪਰ ਕਈ ਭੈਣਾਂ ਹੈਵੀ ਹੀ ਪਾਉਂਦੀਆਂ ਨੇ, ਬਟ ਇਹ ਪਲੇਨ ਬੋਟਮ ਦੇ ਨਾਲ ਆ ਇਸ ਲਈ ਇਹਦੀ ਜੇ ਆਪਾਂ ਪੇਟੀ ਵਗੈਰਾ ਵੀ ਪਾਉਣੀ ਹੋਵੇ ਤਾਂ ਲਹਿਰਾ ਤੋਂ ਪੈ ਜੂਗੀ, ਇਹਦੇ ਨਾਲ ਕੋਈ ਡਿਜ਼ਾਇਨਿੰਗ ਨਹੀਂ ਹੈਗੀ। ਬਹੁਤ ਸੋਹਣਾ ਸੂਟ ਰੈਡੀ ਹੋਊਗਾ, ਪੂਰਾ ਵਧੀਆ ਪਰਫੈਕਟ ਸੂਟ ਰੈਡੀ ਹੋਊਗਾ ਇਹਨਾਂ ਦਾ। 2.5 ਮੀਟਰ ਦੀ ਕੱਟ ਆ ਤੇ ਬਾਕੀ ਜਿਹੜੇ ਵੀ ਮਤਲਬ ਕਿ ਪੈਂਟ ਪਲਾਜ਼ੋ ਵਗੈਰਾ ਪਾਉਂਦੇ ਨੇ ਉਹਨਾਂ ਲਈ ਤਾਂ ਬਸ ਕੋਈ ਸੋਚਣ ਦੀ ਲੋੜ ਨਹੀਂ, ਤੁਸੀਂ ਤਾਂ ਆਪਣੇ ਆਰਡਰ ਜਲਦੀ ਜਲਦੀ ਦੇ ਸਕਦੇ ਹੋ ਤੇ ਬੁਕਿੰਗ ਕਰਵਾ ਸਕਦੇ ਹੋ। ਬਾਕੀ ਬੋਟਮ ਦੇ ਨਾਲ ਵੀ ਇਹ ਸੂਟ ਬਹੁਤ ਸੋਹਣੇ ਰੈਡੀ ਹੋਣੇ ਆ ਕਿਉਂਕਿ ਪ੍ਰੋਪਰ ਕੱਟ ਤੁਹਾਨੂੰ ਮਿਲ ਰਹੀ ਆ, ਨਹੀਂ ਤਾਂ ਜਿਹੜੇ ਆਮ 500-500 ਦੇ ਵਿੱਚ ਸੂਟ ਆਉਂਦੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਆ 2-2.25 ਕੱਟ ਮਸਾਂ ਨਿਕਲਦੀ ਆ ਬੋਟਮ ਦੀ ਵੀ ਸ਼ਰਟ ਦੀ ਵੀ। ਲੋ ਜੀ ਇਹ ਹੈਗਾ ਇਹਦੇ ਨਾਲ ਕਾਟਨ ਮਲਮਲ ਦਾ ਦੁਪੱਟਾ, ਦੁਪੱਟਾ ਚੈੱਕ ਕਰ ਸਕਦੇ ਹੋ, ਪ੍ਰਿੰਟਿੰਗ ਪੂਰੀ ਵਧੀਆ ਪੂਰੀ ਘੈਂਟ ਆ, ਬਹੁਤ ਸੋਹਣੀ ਕਲੈਕਸ਼ਨ ਆ, ਬਹੁਤ ਸੋਹਣਾ ਪੀਸ ਆ ਬਣਿਆ ਹੋਇਆ, ਡਿਫਰੈਂਟ ਜੀ ਲੁੱਕ ਆ, ਦੁਪੱਟਾ ਵੀ ਬਹੁਤ ਸੋਹਣਾ। ਅਗਲਾ ਜਿਹੜਾ ਆਪਾਂ ਸੈੱਟ ਖੋਲਣ ਲੱਗੇ ਹਾਂ ਇਹਦੀਆਂ ਸਾਰਿਆਂ ਦੀਆਂ ਸ਼ਰਟਾਂ ਲੈਣਗੀਆਂ ਵਾਈਟ ਹੀ, ਕਿਉਂਕਿ ਜਿਹੜੀਆਂ ਭੈਣਾਂ ਵਾਈਟ ਲਾਈਕ ਕਰਦੀਆਂ ਨੇ ਨਾ ਉਹਨਾਂ ਲਈ ਇਸ ਵਾਰ ਪੂਰੇ ਖੁੱਲੇ ਦਿਲ ਨਾਲ ਅਸੀਂ ਵਾਈਟ ਕਲਰ ਚੱਕਿਆ ਵਾ ਵੀ ਤੁਹਾਡੇ ਤੱਕ ਇਹ ਵਾਲੇ, ਕਿਉਂਕਿ ਵਾਈਟ ਕਲਰ ਆਪਣੇ ਕੋਲ ਜ਼ਿਆਦਾਤਰ ਸਾਡੇ ਕੋਲ ਸੈੱਟ ਦੇ ਵਿੱਚ ਇੱਕ ਅੱਧਾ ਪੀਸ ਹੀ ਆਉਂਦਾ ਹੁੰਦਾ ਸੀ, ਹੁਣ ਪਰ ਹੈਗੇ ਨੇ ਜੀ 5-6 ਪੀਸ, ਇਸ ਲਈ ਆਰਾਮ ਦੇ ਨਾਲ ਤੁਸੀਂ ਲੈ ਸਕਦੇ ਹੋ। ਆਹ ਦੇਖੋ ਇਹ ਪੱਟੀ ਆ, ਜਿਹੜੀਆਂ ਭੈਣਾਂ ਨਹੀਂ ਲਾਈਕ ਕਰਦੀਆਂ ਮਤਲਬ ਕਿ ਗਰਲਿਸ਼ ਲੁੱਕ ਆ ਵੈਸੇ ਤਾਂ, ਜਿਹੜੀਆਂ ਤਾਂ ਲਾਈਕ ਕਰਦੀਆਂ ਉਹ ਲਾ ਵੀ ਸਕਦੀਆਂ, ਜਿਹੜੀਆਂ ਭੈਣਾਂ ਨਹੀਂ ਲਾਈਕ ਕਰਦੀਆਂ ਉਹ ਲੈ ਵੀ ਜਾਊਗੀ ਕਿਉਂਕਿ ਇਹਦੀ ਸਿਉਣੀ ਦਿੱਤੀ ਹੋਈ ਆ ਉਹ ਲੈ ਜੂਗੀ, ਇਹਦਾ ਕੋਈ ਚੱਕਰ ਨਹੀਂ ਹੈਗਾ। ਲਓ ਜੀ ਸਾਰਾ ਵਾਈਟ ਕਲਰ ਦਾ, ਕੋਈ ਵੀ ਇਹਦੇ ਪੱਲੇ ਤੇ ਕੰਮ ਨਹੀਂ, ਸਾਰੀ ਜਸਟ ਪ੍ਰਿੰਟਿੰਗ ਹੋਈ ਹੋਈ ਆ ਜਿੰਨੀ ਵੀ ਹੈਗੀ ਸ਼ਰਟ ਤੇ, ਬਹੁਤ ਸੋਹਣੀ ਟ੍ਰੈਂਗਲ ਟਾਈਪ ਪ੍ਰਿੰਟਿੰਗ ਹੋਈ ਹੋਈ ਆ। ਆ ਹੈਗੀ ਜੀ ਇਹਦੇ ਨਾਲ ਬੋਟਮ, ਕੰਟਰਾਸਟ ਬੋਟਮ ਆ ਜਿੱਦਾਂ ਦਾ ਇਹਦੇ ਤੇ ਕੰਮ ਹੋਇਆ, ਦੇਖੋ ਆ ਸਾਰਾ ਥਰੈਡ ਦੇ ਨਾਲ ਹੈਂਡ ਦੇ ਨਾਲ ਕੰਮ ਹੋਇਆ ਹੋਇਆ ਪੱਟੀ ਦੇ ਉੱਪਰ, ਇਹਨੂੰ ਲਾ ਕੇ ਤੁਸੀਂ ਐਡਜਸਟੇਬਲ ਵੀ ਕਰ ਸਕਦੇ ਹੋ, ਨੀਚੇ ਉੱਪਰ ਜਿੱਥੇ ਮਰਜ਼ੀ ਤੁਸੀਂ ਇਹਨੂੰ ਲਾ ਸਕਦੇ ਹੋ। ਤੇ ਆਹ ਸਾਰਾ ਹੈਂਡ ਦਾ ਕੰਮ ਹੋਇਆ ਨਾਲ ਥਰੈਡ ਦਾ ਕੰਮ ਹੋਇਆ, ਥਰੈਡ ਨਾਲ ਸੇਮ ਬੋਟਮ ਨਾਲ ਦਾ ਥਰੈਡ ਚੱਲਿਆ ਹੋਇਆ ਇਹਦੇ ਤੇ। ਬੋਟਮ ਦੇਖੋ ਕਿੰਨੀ ਸੋਹਣੀ ਆ, ਜੈਪੁਰੀ ਜੀ ਬੋਟਮ ਆ, ਬਹੁਤ ਸੋਹਣਾ ਸੈੱਟ ਆਇਆ ਵਾ, ਪਰਸਨਲੀ ਕਾਫੀ ਪਸੰਦ ਆ ਰਿਹਾ, ਮੈਂ ਵੀ ਹੁਣੀ ਦੇਖ ਰਹੀ ਹਾਂ ਤੁਹਾਨੂੰ ਜਦੋਂ ਦਿਖਾ ਰਹੀ ਹਾਂ। ਲਓ ਜੀ ਨਾਲ ਇਹਨਾਂ ਦੇ ਸੇਮ ਕੰਟਰਾਸਟ ਦੁਪੱਟਾ ਬੋਟਮ ਤੇ ਸ਼ਰਟ ਨਾਲ ਦਾ, ਦੇਖੋ ਕਿੰਨਾ ਸੋਹਣਾ ਪੀਸ ਆ, ਬਹੁਤ ਸੋਹਣਾ ਪੀਸ ਆ, ਦੁਪੱਟਾ ਵੀ ਬਹੁਤ ਸੋਹਣਾ ਕਾਟਨ ਮਲਮਲ ਦਾ ਨਾਲ ਬਣਿਆ ਹੋਇਆ। ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਦੀ ਹਾਂ, ਆਹ ਲਓ ਜੀ ਇਹਦੇ ਵਿੱਚ ਕਲਰ ਹੈਗੇ ਨੇ, ਸ਼ਰਟ ਸੇਮ ਰਹੂਗੀ, ਆਹ ਦੇਖੋ ਸ਼ਰਟ ਤੇ ਕੰਮ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ, ਤੁਹਾਨੂੰ ਨੇੜੇ ਤੋਂ ਮੈਂ ਦਿਖਾ ਦਿੰਦੀ ਹਾਂ, ਸਾਰਾ ਬਹੁਤ ਸੋਹਣਾ ਸੀਕੁਐਂਸ ਦਾ ਕੰਮ ਹੋਇਆ ਹੋਇਆ, ਹੈਂਡ ਦਾ ਸਾਰਾ ਕੰਮ ਆ ਨਾਲ ਇਹਦੇ ਸੇਮ, ਇਹਦੇ ਨਾਲ ਆਊਗੀ ਪਰਪਲ ਬੋਟਮ ਤੇ ਨਾਲ ਸੇਮ ਦੁਪੱਟਾ ਆਊਗਾ। ਅਗਲਾ ਕੰਟਰਾਸਟ ਰਹੂਗਾ ਜੀ ਗ੍ਰੀਨ ਦੇ ਨਾਲ, ਪੈਰਟ ਗ੍ਰੀਨ ਦੇ ਨਾਲ,
ਚਾਰੇ ਦੇ ਚਾਰੇ ਕੰਟਰਾਸਟ ਨਾਲ ਸੁਪਰ ਹਿੱਟ ਨੇ, ਇਸ ਲਈ ਜਿਹੜਾ ਵੀ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਲੈ ਸਕਦੇ ਹੋ। ਚਾਰੇ ਦੇ ਚਾਰ ਹੀ ਕੰਟਰਾਸਟ ਪੂਰੇ ਸੁਪਰ ਹਿੱਟ ਨੇ। ਆਵਲਾ ਥੋੜਾ ਜਿਹਾ ਲਵੈਂਡਰ, ਇਹ ਥੋੜਾ ਜਿਹਾ ਪਰਪਲ ਟੋਨ ਦੀ ਤੇ ਇਹ ਹੈਗਾ ਥੋੜਾ ਜਿਹਾ ਲਵੈਂਡਰ ਟੋਨ ਤੇ। ਤੁਹਾਨੂੰ ਇਹਨਾਂ ਦੇ ਕਲਰ ਦਾ ਡਿਫਰੈਂਟ, ਇਹ ਪਿਆਜੀ ਜੀ ਟੋਨ ਤੇ ਆ ਗਿਆ, ਇਹ ਲਵੈਂਡਰ ਜੀ ਟੋਨ ਤੇ ਆ ਗਿਆ। ਬਹੁਤ ਸੋਹਣੀ ਸਾਰੀ ਦੇਖੋ, ਬਹੁਤ ਸੋਹਣੀ ਇਹਨਾਂ ਦੀ ਗੱਲਬਾਤ ਆ ਸੂਟਾਂ ਦੀ, ਬਹੁਤ ਸੋਹਣੀ ਸ਼ਰਟ ਆ। ਸ਼ਰਟ ਦੇ ਨਾਲ ਸੇਮ ਕੰਟਰਾਸਟ ਬੋਟਮ ਲੱਗੀਆਂ ਹੋਈਆਂ, ਨਾਲ ਪੂਰੇ ਖੁੱਲੇ ਡੁੱਲੇ ਕਾਟਨ ਮਲਮਲ ਦੇ ਦੁਪੱਟੇ ਆ। ਗਰਮੀਆਂ ਦਾ ਇੱਕ ਤੋਹਫਾ ਹੀ ਆ, ਜਾਣੀ ਕਿ ਇਹ ਵਾਲੇ ਸੂਟ ਬਹੁਤ ਸੋਹਣਾ ਫੈਬਰਿਕ ਤੇ ਬਹੁਤ ਸੋਹਣੀ ਪ੍ਰਾਈਸ ਰੇਂਜ ਆ, ਬਹੁਤ ਸੋਹਣੀ ਸਾਰੀ ਕਲੈਕਸ਼ਨ ਆ। ਜਿਹੜਾ ਸੂਟ ਪਸੰਦ ਆ ਰਿਹਾ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੇ ਵਟਸਐਪ ਕਰ ਦਿਓ ਜੀ। ਲਓ ਅਗਲਾ ਸੈੱਟ ਮੈਂ ਖੋਲਣ ਲੱਗੀ ਹਾਂ, ਕਾਫੀ ਟ੍ਰੈਂਡਿੰਗ ਚੱਲ ਰਿਹਾ ਇਹ, ਕਾਫੀ ਇਹਦੇ ਵਿੱਚ ਆਪਣੇ ਕੋਲ ਡਿਜ਼ਾਈਨ ਆ। ਇਹ ਵਾਲਾ ਡਿਜ਼ਾਈਨ ਮੈਂ ਕਾਫੀ ਜਾਣੀ ਕਿ ਹਰੇਕ ਭੈਣ ਨੇ ਦੇਖਿਆ ਹੀ ਹੋਣਾ, ਇੰਸਟਾ ਵਗੈਰਾ ਤੇ ਕਾਫੀ ਚੱਲ ਰਿਹਾ ਵਾ। ਇਹ ਹੈਗੀ ਸ਼ਰਟ, ਬਹੁਤ ਸੋਹਣਾ ਪ੍ਰਿੰਟ ਆ, ਇਹ ਸਭ ਤੋਂ ਲੇਟੈਸਟ ਆ ਤੇ ਬਹੁਤ ਸੋਹਣਾ ਡਿਜ਼ਾਈਨਿੰਗ ਤੇ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਇਹ ਵਾਲੀ ਡਿਜ਼ਾਈਨਿੰਗ। ਆਲੋ ਜੀ ਸਾਰਾ ਜਿੰਨਾ ਵੀ ਆ ਪ੍ਰਿੰਟਿੰਗ ਹੋਈ ਆ ਪੱਲੇ ਤੇ ਜਾ ਕੇ, ਇਹਨੂੰ ਸਾਰਾ ਆਰੀ ਦੇ ਨਾਲ ਗੋਲਡਨ ਦੇ ਨਾਲ ਸਾਰਾ ਹਾਈਲਾਈਟ ਕੀਤਾ ਹੋਇਆ। ਆ ਦੇਖੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਸਾਰੀ ਸ਼ਰਟ ਦੇ ਉੱਪਰ, ਇਹ ਪੱਲੇ ਦੇ ਉੱਪਰ ਕੰਮ ਆਊਗਾ, ਬਾਕੀ ਉੱਪਰ ਸਾਰਾ ਪਲੇਨ ਹੀ ਰਹੂਗਾ। ਜਸਟ ਪੱਲੇ ਤੇ ਇੰਨੀ ਜਗ੍ਹਾ ਤੇ ਜਾ ਕੇ ਇਹਨੂੰ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ। ਇਹ ਹੈਗੀ ਸ਼ਰਟ, ਜਿੰਨੀ ਜਿਵੇਂ ਪ੍ਰਿੰਟਿੰਗ ਸਾਰੀਆਂ ਸ਼ਰਟਾਂ ਦੇ ਸੇਮ ਫਰੰਟ ਤੇ ਆ, ਸੇਮ ਹੀ ਬੈਕ ਤੇ ਆ। ਇਹਨਾਂ ਦੇ ਨਾਲ ਵੀ ਜਿਹੜੀਆਂ ਬੋਟਮ ਰਹਿਣਗੀਆਂ ਉਹ ਰਹਿਣਗੀਆਂ ਜੀ ਪਲੇਨ, ਪਲੇਨ ਬੋਟਮ ਰਹਿਣਗੀਆਂ ਤੇ ਨਾਲ ਦੁਪੱਟੇ ਦੇਖੋ ਕਿੰਨੇ ਸੋਹਣੇ ਆ। ਇਹਨਾਂ ਦੀ ਪ੍ਰਿੰਟਿੰਗ ਚੈੱਕ ਕਰਿਓ, ਦੁਪੱਟਿਆਂ ਦੀ ਬਹੁਤ ਸੋਹਣੀ ਪ੍ਰਿੰਟਿੰਗ ਆ। ਕਾਟਨ ਮਲਮਲ ਦਾ ਦੁਪੱਟਾ, ਜਾਣੀ ਕਿ ਲੱਗਦਾ ਆਇਆ ਦੇਖਣ ਨੂੰ ਜਿਵੇਂ ਕੋਟੇ ਦਾ ਦੁਪੱਟਾ ਹੁੰਦਾ, ਬਟ ਇਹ ਕਾਟਨ ਮਲਮਲ ਦਾ ਬਿਲਕੁਲ ਸੌਫਟ ਵਾਲਾ ਦੁਪੱਟਾ ਲੱਗਿਆ ਹੋਇਆ, ਨਾਲ ਵਿੱਚ ਲਾਈਨਿੰਗ ਦਾ ਸਾਰਾ ਹੋਇਆ ਤੁਹਾਨੂੰ ਸਾਰੇ ਡਿਜ਼ਾਈਨਿੰਗ ਕੈਮਰਾ ਕੈਚ ਕਰ ਰਿਹਾ ਵਾ। ਹਲੋ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ, ਬਹੁਤ ਸੋਹਣਾ ਨਾਲ ਦੁਪੱਟਾ, ਸਾਰੀ ਪ੍ਰਿੰਟਿੰਗ ਦੇਖੋ ਦੁਪੱਟੇ ਦੇ ਸਾਈਡ ਦੇ ਸ਼ਰਟ ਨਾਲ ਦੀ ਹੋਈ ਹੋਈ ਆ, ਸਾਰੀ ਡਿਜੀਟਲ ਪ੍ਰਿੰਟਿੰਗ ਆ, ਦੁਪੱਟਾ ਵੀ ਸਾਰਾ ਡਿਜੀਟਲ ਬਣਿਆ ਤੇ ਕਾਟਨ ਮਲਮਲ ਦਾ। ਇਹਦੇ ਵਿੱਚ ਚਾਰ ਕਲਰ ਆਪਣੇ ਕੋਲ ਆਏ ਨੇ, ਚਾਰੇ ਦੇ ਚਾਰ ਹੀ ਕਲਰ ਇਹਦੇ ਵੀ ਬਹੁਤ ਸੋਹਣੇ ਨੇ। ਆਲੋ ਜੀ ਅਗਲਾ ਡਿਜ਼ਾਈਨ ਆ ਇਹ ਬਲੂ ਕਲਰ ਦੇ ਉੱਪਰ, ਨਾਲ ਸੇਮ ਹੀ ਆਊਗੀ ਇਹਦੇ ਬਲੂ ਬੋਟਮ ਤੇ ਨਾਲ ਸੇਮ ਹੀ ਆਊਗਾ ਜੀ ਦੁਪੱਟਾ, ਬਹੁਤ ਸੋਹਣਾ ਦੁਪੱਟਾ, ਸੇਮ ਕਲਰ ਸਾਰੀ ਡਿਜ਼ਾਈਨਿੰਗ ਸੇਮ ਰਹੂਗੀ, ਜਸਟ ਕਲਰਾਂ ਦਾ ਫਰਕ ਪਊਗਾ। ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਗ੍ਰੇ ਕਲਰ, ਅਗਲਾ
ਅਗਲਾ ਕਲਰ ਹੈਗਾ ਗ੍ਰੇ ਕਲਰ, ਗ੍ਰੇ ਹੀ ਇਹਦੇ ਨਾਲ ਰਹੂਗੀ ਜੀ ਬੋਟਮ ਪਲੇਨ, ਅਤੇ ਨਾਲ ਰਹੂਗੀ ਸੇਮ ਦੁਪੱਟਾ। ਸਾਰੇ ਕਲਰ ਪੂਰੇ ਵਧੀਆ, ਪੂਰੇ ਘੈਂਟ ਨੇ, ਬਹੁਤ ਸੋਹਣੀ ਯਾਨੀ ਕਿ ਕਲੈਕਸ਼ਨ ਆ, ਪੂਰੀ ਵਧੀਆ ਵਾ। ਫੋਰਥ ਕਲਰ ਇਹਦੇ ਵਿੱਚ ਆਊਗਾ ਜੀ ਰੈੱਡ ਕਲਰ, ਨਾਲ ਸੇਮ ਹੀ ਰਹੂਗਾ ਰੈੱਡ ਦੁਪੱਟਾ। ਨਾਲ ਸੇਮ ਬੋਟਮ ਪਲੇਨ ਅਤੇ ਨਾਲ ਸੇਮ ਹੀ ਦੁਪੱਟਾ ਰਹੂਗਾ। ਇਹ ਥੋੜ੍ਹਾ ਜਿਹਾ ਗਰਲਿਸ਼ ਲੁੱਕ ਜਾਂ ਨਿਊ ਮੈਰਿਡ ਲਈ ਯਾਨੀ ਕਿ ਵਧੀਆ, ਬਹੁਤ ਸੋਹਣੀ ਕਲੈਕਸ਼ਨ ਆ ਅਤੇ ਗਰਮੀਆਂ ਦੀ ਆ, ਸੋਫਟ ਆ ਅਤੇ ਕਲਰ ਬਹੁਤ ਸੋਹਣਾ ਵਾ, ਕਿਉਂਕਿ ਇਹ ਥੋੜ੍ਹੇ ਜਿਹੇ ਇਸ ਤਰ੍ਹਾਂ ਨੇ ਇਹ, ਮਤਲਬ ਕਿ ਕਿਉਂਕਿ ਕੋਟਨ ਦੇ ਕਲਰ ਤੁਹਾਨੂੰ ਪਤਾ ਜਿਵੇਂ ਜਿਵੇਂ ਆਪਾਂ ਧੋਂਦੇ ਹਾਂ ਥੋੜ੍ਹੇ ਥੋੜ੍ਹੇ ਲਾਈਟ ਹੋ ਜਾਂਦੇ ਆ, ਇਸ ਲਈ ਕਈ ਭੈਣਾਂ ਨੂੰ ਹੁੰਦਾ ਵੀ ਪਹਿਲਾਂ ਹੀ ਆਪਾਂ ਡਾਰਕ ਲੈ ਲਈਏ, ਵੀ ਧੋਣਾ ਤੋਂ ਬਾਅਦ ਤਾਂ ਲਾਈਟ ਹੋਏ, ਕਿਉਂਕਿ ਪਿਓਰ ਮਲਮਲ ਕੋਟਨ ਦਾ ਸਾਰਾ ਫੈਬਰਿਕ ਲੱਗਿਆ ਹੋਇਆ। ਬਹੁਤ ਸੋਹਣੇ ਪੀਸ ਨੇ, ਬਹੁਤ ਸੋਹਣੀ ਕਲੈਕਸ਼ਨ ਆ। ਲਓ ਜੀ, ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ। ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ, ਬਹੁਤ ਸੁਪਰ ਹਿੱਟ ਕਲੈਕਸ਼ਨ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ, ਕਿਉਂਕਿ ਕੋਟਨ ਮਲਮਲ ਦੀ ਡਿਮਾਂਡ ਆਪਣੇ ਕੋਲ ਹਮੇਸ਼ਾ ਹੀ ਬਹੁਤ ਰਹਿੰਦੀ ਆ, ਅੱਜ ਤੱਕ ਜਿੰਨੀਆਂ ਵੀਡੀਓ ਲੈ ਕੇ ਆਏ ਹਾਂ ਜਾਣੀ ਕਿ ਉਹ ਘੱਟ ਹੀ ਪੈਂਦਾ ਸਟਾਕ, ਅਤੇ ਨਾਲ ਦੀ ਨਾਲ ਹੀ ਸੋਲਡ ਆਊਟ ਹੋ ਜਾਂਦਾ। ਪ੍ਰਾਈਸ ਬਹੁਤ ਰੀਜ਼ਨੇਬਲ ਆਇਆ ਸੂਟਾਂ ਦਾ, ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ। ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ। ਬਾਕੀ ਜਿਹੜੀਆਂ ਵੀ ਭੈਣਾਂ ਨੇ ਆਪਣਾ ਗਰੁੱਪ ਜੁਆਇਨ ਕਰਨਾ, ਤੁਸੀਂ ਗਰੁੱਪ, ਮੈਂ ਹਮੇਸ਼ਾ ਕਹਿੰਦੀ ਹਾਂ ਕਿ ਆਪਣਾ ਚੈਲ ਕਲੈਕਸ਼ਨ ਦਾ ਗਰੁੱਪ ਚੱਲ ਰਿਹਾ ਜੀ, ਉਹਦੇ ਵਿੱਚ ਤੁਸੀਂ ਆਪਣਾ ਨੰਬਰ ਐਡ ਆਨ ਕਰਾ ਸਕਦੇ ਹੋ ਤਾਂ ਕਿ ਨਿਊ ਅਪਡੇਟ, ਨਹੀਂ ਤਾਂ ਆਪਣੀ ਇੰਸਟਾ ਦੀ ਆਈਡੀ ਆ ਜੀ ਚੈਲ ਕਲੈਕਸ਼ਨ 27। ਜਿਹੜੀਆਂ ਭੈਣਾਂ ਦੇ ਨਹੀਂ ਐਡ ਹੋ ਰਹੇ ਨੰਬਰ ਤਾਂ ਤੁਸੀਂ ਉਹਨੂੰ ਜਾ ਕੇ ਫੋਲੋ ਕਰ ਲਓ, ਉਹਦੇ ਉੱਪਰ ਸਾਰੀ ਲੇਟੈਸਟ ਕਲੈਕਸ਼ਨ, ਜੋ ਵੀ ਆਪਾਂ ਨਿਊ ਨਿਊ ਡਿਜ਼ਾਈਨ ਵੀ ਰੈਡੀ ਕਰਵਾ ਰਹੇ ਹਾਂ। ਅੱਗੇ ਆਪਣਾ ਕੰਮ ਵਾਹਿਗੁਰੂ ਦੀ ਕਿਰਪਾ ਨਾਲ ਥੋੜ੍ਹਾ ਥੋੜ੍ਹਾ ਆਪਾਂ ਅੱਗੇ ਨੂੰ ਲੈ ਕੇ ਜਾ ਰਹੇ ਹਾਂ, ਖੁਦ ਦੇ ਸੂਟ ਵੀ ਰੈਡੀ ਕਰਵਾ ਰਹੇ ਹਾਂ, ਤਾਂ ਉਹ ਸਾਰੀ ਕਲੈਕਸ਼ਨ ਤੁਹਾਨੂੰ ਇੰਸਟਾ ਦੀ ਆਈਡੀ ਤੇ ਮਿਲੂਗੀ ਜੀ। ਇੰਸਟਾ ਦੀ ਆਈਡੀ ਆਪਣੀ ਚਹਿਲ ਕਲੈਕਸ਼ਨ 27, ਉਹਨੂੰ ਜਾ ਕੇ ਫੋਲੋ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ, ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ।